ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਸ਼ਿਵਲਿੰਗ ਤੇ ਪਾਉਂਦੇ ਹੋ ਜਲ ਤੇ ਹੋ ਜਾਓ ਸਾਵਧਾਨ, ਇੱਥੇ ਕਰ ਨਾ ਲਿਓ ਆਪਣਾ ਨੁਕਸਾਨ। ਸ਼ਿਵ ਜੀ ਦਾ ਜਿਹੜੀ ਜਲਹਿਰੀ ਬਣਦੀ ਜਿੱਥੇ ਆਪਾਂ ਜਲ ਚੜ੍ਹਾਉਂਦੇ ਹਾਂ, ਉਸ ਤੋਂ ਬਾਅਦ ਜਿਹੜਾ ਜਲ ਜਾਂਦਾ ਹੈ, ਜਿਹੜਾ ਪੁਰਾਣ 'ਚ ਵੀ ਲਿਖਿਆ ਗਿਆ, ਸ਼ਾਸ ਸਮਝ ਵੀ ਹੈ, ਔਰ ਸਾਰਿਆਂ ਨੂੰ ਵੀ ਪਤਾ ਹੈ ਕਿ ਸ਼ਿਵ ਜੀ ਦਾ ਜਿਹੜਾ ਆਪਾਂ ਜਲ ਚੜ੍ਹਾਉਣਾ ਉਹ ਜ਼ਮੀਨ ਦੇ ਅੰਦਰ ਜਾਣਾ ਚਾਹੀਦਾ। ਪਰ ਹੁਣ ਪਤਾ ਕੀ, ਮੰਦਿਰ ਕਮੇਟੀਆਂ ਨਾਲ ਇੱਕ ਲਾਪਰਵਾਹੀ ਕਹਿ ਲਓ, ਅਣਦੇਖੀ ਕਹਿ ਲਓ, ਕਿ ਇੰਨਾ ਭੀੜ ਭੇੜ ਚੱਲ ਦੇਖ ਲਓ, ਉਹਦਾ ਪਾਣੀ ਆਪਣੇ ਜਲ ਦੇ ਵਿੱਚ ਪਾ ਦਿੰਦੇ ਨੇ ਜੀ। ਠੀਕ ਹੈ ਕਿ ਉਹ ਜਿਹੜਾ ਹੈ ਨਾ ਜਲ, ਉਹ ਨਾਲੀਆਂ ਦੇ ਵਿੱਚ ਚਲਾ ਜਾਂਦਾ ਹੈ। ਅੱਜ ਕਹਿੰਦੇ ਯਾਰ ਮੈਂ ਬਾਹਰ ਗਿਆ, ਘਰੇ ਕਲੇਸ਼ ਹੋ ਗਿਆ, ਘਰੇ ਲੜਾਈ ਹੋ ਗਿਆ, ਸੱਟ ਲੱਗ ਗਈ, ਕਹਿੰਦਾ ਮੈਂ ਤਾਂ ਸ਼ਿਵਲਿੰਗ ਤੇ ਜਲ ਚੜਾ ਕੇ ਆਇਆ ਸੀ, ਆਹ ਨੁਕਸਾਨ ਹੋ ਗਿਆ। ਐਸਾ ਨਹੀਂ ਹੈ ਬਸ, ਤੁਸੀਂ ਦੇਖੋ ਤੁਸੀਂ ਤਾਂ ਜਲ ਕਿੱਥੇ ਜਾਣਾ। ਕਸ਼ਟ ਆ ਗਿਆ ਜਿਹਨੂੰ ਕੋਈ ਬੜੀ ਵਾਰੀ ਦਿੱਕਤ ਆ ਗਈ ਹੈ, ਉਹ ਨਹੀਂ ਉਹ ਠੀਕ ਕਰਨਾ, ਅਸੀਂ ਸ਼ਿਵਜੀ ਦੀ ਪੂਜਾ ਕਰਦੇ, ਔਰ ਜਦੋਂ ਨਾਲ ਪੂਰਾ ਦਾ ਪੂਰਾ ਦੋਸ਼ ਉਸ ਜਾਤਕ ਨੂੰ ਲੱਗਣਾ ਹੈ, ਇਹ ਬਹੁਤ ਵੱਡਾ ਦੋਸ਼ ਹੈ। ਇੱਥੇ ਲੋਕ ਗਟਰ ਸੀਵਰ ਨਾਲਿਆਂ 'ਚ ਪਾ ਗਏ, ਜੋ ਕਿ ਇੱਕ ਪਾਪ ਦੇ ਬਾਗੀਦਾਰ ਬਣੇ, ਪੁੰਨ ਨਹੀਂ ਕਰ ਰਹੇ, ਉਹ ਪਾਪ ਕਰ ਰਹੇ, ਪਾਪ ਹੋ ਜਾਂਦੇ। ਜਿਹੜੇ ਆਪਣੇ ਬਾਦਾ ਜੋਤਿਰਲਿੰਗ ਨੇ, ਜਿਹੜੇ ਆਪਾਂ ਉਹਨਾਂ ਨੂੰ ਦੇਖ ਕੇ ਤੁਸੀਂ ਦੇਖ ਲਓ ਕਿੱਥੇ ਬਣੇ ਹੋਏ ਨੇ, ਜ਼ਿਆਦਾਤਰ ਨਦੀ ਦੇ ਕਿਨਾਰੇ ਬਣੇ ਹੋਏ ਨੇ, ਸਮੁੰਦਰ ਦੇ ਕਿਨਾਰੇ ਬਣੇ ਹੋਏ ਨੇ। ਜੇਕਰ ਤੁਸੀਂ ਵੀ ਇਸ ਤਰੀਕੇ ਦੇ ਨਾਲ ਸ਼ਿਵਲਿੰਗ ਤੇ ਪਾਉਂਦੇ ਹੋ ਜਲ ਤੇ ਹੋ ਜਾਓ ਸਾਵਧਾਨ, ਇੱਥੇ ਕਰ ਨਾ ਲਿਓ ਆਪਣਾ ਨੁਕਸਾਨ। ਪੰਡਿਤ ਜੀ ਕਿਵੇਂ ਚੜਾਉਂਦੇ ਨੇ ਜਲ, ਕਿਉਂਕਿ ਮੰਦਰਾਂ ਦੇ ਅੰਦਰ ਜਿਹੜਾ ਵੀ ਜਲ ਚੜਾਉਂਦੇ ਆ ਸ਼ਿਵਜੀ ਦੇ ਉੱਪਰ ਆਪਾਂ, ਉਹ ਕਿਤੇ ਨਾ ਕਿਤੇ ਸਹੀ ਤਰੀਕੇ ਦੇ ਨਾਲ ਜਾਂਦਾ ਨਹੀਂ ਹੈ, ਮਤਲਬ ਕਈ ਵਾਰੀ ਨਾਲੀਆਂ 'ਚ ਚਲਾ ਜਾਂਦਾ, ਕੀ ਉਹ ਸਹੀ ਹੈ ਸਾਰਾ ਕੁਛ? ਦੇਖੋ ਇਹ ਨਾ ਬਹੁਤ ਜ਼ਿਆਦਾ ਸਹੀ ਚੀਜ਼ ਤੁਸੀਂ ਪੁੱਛੀ ਹੈ। ਸ਼ਿਵ ਜੀ ਦਾ ਜਿਹੜੀ ਜਲਹਿਰੀ ਬਣਦੀ ਜਿੱਥੇ ਆਪਾਂ ਜਲ ਚੜ੍ਹਾਉਂਦੇ ਹਾਂ, ਉਸ ਤੋਂ ਬਾਅਦ ਜਿਹੜਾ ਜਲ ਜਾਂਦਾ ਹੈ, ਜਿਹੜਾ ਪੁਰਾਣ 'ਚ ਵੀ ਲਿਖਿਆ ਗਿਆ, ਸ਼ਾਸ ਸਮਝ ਵੀ ਹੈ, ਔਰ ਸਾਰਿਆਂ ਨੂੰ ਵੀ ਪਤਾ ਹੈ ਕਿ ਸ਼ਿਵ ਜੀ ਦਾ ਜਿਹੜਾ ਆਪਾਂ ਜਲ ਚੜ੍ਹਾਉਣਾ ਉਹ ਜ਼ਮੀਨ ਦੇ ਅੰਦਰ ਜਾਣਾ ਚਾਹੀਦਾ, ਉਹਦੇ ਲਈ ਜਲਹਿਰੀ ਬਣਦੀ 10-15-20 ਫੁੱਟ ਦਾ ਇੱਕ ਖੱਡਾ ਕਰਕੇ ਉਹ 'ਚ ਜਾਂਦਾ। ਪਰ ਹੁਣ ਪਤਾ ਕੀ, ਮੰਦਿਰ ਕਮੇਟੀਆਂ ਨਾਲ ਇੱਕ ਲਾਪਰਵਾਹੀ ਕਹਿ ਲਓ, ਅਣਦੇਖੀ ਕਹਿ ਲਓ, ਕਿ ਇੰਨਾ ਭੀੜ ਭੇੜ ਚੱਲ ਦੇਖ ਲਓ, ਉਹਦਾ ਪਾਣੀ ਆਪਣੇ ਜਲ ਦੇ ਵਿੱਚ ਪਾ ਦਿੰਦੇ ਨੇ ਜੀ। ਠੀਕ ਹੈ ਕਿ ਉਹ ਜਿਹੜਾ ਹੈ ਨਾ ਜਲ, ਉਹ ਨਾਲੀਆਂ ਦੇ ਵਿੱਚ ਚਲਾ ਜਾਂਦਾ ਹੈ। ਠੀਕ ਹੈ ਜੀ। ਨਾਲੀਆਂ ਦੀ ਜਾਨ ਨੂੰ, ਨਾਲੀਆਂ ਨੂੰ ਅਸੀਂ ਰਾਹੂ ਕਹਿੰਦੇ ਹਾਂ। ਅੱਛਾ। ਔਰ ਰਾਹੂ ਦੇ ਵਿੱਚ, ਔਰ ਜਿਹੜਾ ਜਲ ਔਰ ਦੁੱਧ ਹੈ ਉਹਨੂੰ ਅਸੀਂ ਚੰਦਰਮਾ ਨਾਲ ਰਿਲੇਟਡ ਕਰਦੇ ਹਾਂ, ਉਸ ਨੂੰ ਚੰਦਰ ਗ੍ਰਹਿਣ ਯੋਗ ਬਣ ਜਾਂਦਾ ਹੈ, ਵਿਸ਼ ਯੋਗ ਬਣ ਜਾਂਦਾ ਹੈ। ਲੋਕੀ ਕਹਿੰਦੇ ਮੈਂ ਤਾਂ ਸ਼ਿਵ ਜੀ ਨੂੰ ਗਿਆ ਸੀ ਆਪਣੀ ਬਿਮਾਰੀ ਦੂਰ ਕਰਨ ਲਈ, ਪਰੇਸ਼ਾਨੀ ਜੀ, ਬਿਲਕੁਲ। ਔਰ ਇਹ ਹੋ ਜਾਏਗਾ ਉਲਟਾ ਨੁਕਸਾਨ। ਅਗਲਾ ਕਹਿੰਦਾ ਯਾਰ ਮੈਂ ਤਾਂ ਸ਼ਿਵ ਜੀ ਦਾ ਅੰਮ੍ਰਿਤ ਦਾ ਵਰਦਾਨ ਦੇ, ਆਪਾਂ ਮਹਾਂਮ੍ਰਿਤਯੁੰਜੈ ਕਰਾਉਂਦੇ, ਜਿਹਨੂੰ ਮ੍ਰਿਤਯੂ ਤੋਂ ਲੈ ਕਸ਼ਟ ਆ ਗਿਆ, ਜਿਹਨੂੰ ਕੋਈ ਬੜੀ ਵਾਰੀ ਦਿੱਕਤ ਆ ਗਈ ਹੈ, ਉਹ ਨਹੀਂ ਉਹ ਠੀਕ ਕਰਨਾ, ਅਸੀਂ ਸ਼ਿਵਜੀ ਦੀ ਪੂਜਾ ਕਰਦੇ, ਔਰ ਜਿਹਦੇ ਨਾਲ ਪੂਰਾ ਦਾ ਪੂਰਾ ਦੋਸ਼ ਉਸ ਜਾਤਕ ਨੂੰ ਲੱਗਣਾ ਹੈ, ਇਹ ਬਹੁਤ ਵੱਡਾ ਦੋਸ਼ ਹੈ। ਇਸ ਲਈ ਮੈਂ ਤੁਹਾਡੇ ਦਰਸ਼ਕਾਂ, ਜਿਹੜਾ ਤੁਸੀਂ ਇਹ ਸਵਾਲ ਕੀਤਾ, ਬਹੁਤ ਹੀ ਆਪਣੇ ਦਰਸ਼ਕਾਂ ਲਈ ਅੱਛਾ ਕੀਤਾ ਹੈ। ਜਲਹਿਰੀ ਜਿੱਥੇ ਜਲਹਿਰੀ ਬਣੀ ਹੋਈ, ਸਿਰਫ ਉਸੇ ਜਲ ਤੁਹਾਨੂੰ ਜਲ ਚੜ੍ਹਾਉਣਾ ਚਾਹੀਦਾ ਹੈ, ਇਸ ਬਹੁਤ ਜ਼ਿਆਦਾ ਖਰਚਾ। ਜਿਹੜੇ ਆਪਣੇ ਬਾਦਾ ਜੋਤਿਰਲਿੰਗ ਨੇ, ਜਿਹੜੇ ਆਪਾਂ ਉਹਨਾਂ ਨੂੰ ਦੇਖ ਕੇ ਤੁਸੀਂ ਦੇਖ ਲਓ ਕਿੱਥੇ ਬਣੇ ਹੋਏ ਨੇ, ਜ਼ਿਆਦਾਤਰ ਨਦੀ ਦੇ ਕਿਨਾਰੇ ਬਣੇ ਹੋਏ ਨੇ, ਸਮੁੰਦਰ ਦੇ ਕਿਨਾਰੇ ਬਣੇ ਹੋਏ ਨੇ, ਉੱਥੇ ਜਲ ਕਿੱਥੇ ਜਾਂਦਾ ਹੈ? ਠੀਕ ਹੈ ਨਾ, ਉਹਨਾਂ ਦੇ ਵਿੱਚ ਮਿਲਦਾ ਹੈ ਕਿ ਸ਼ੁੱਧੀਕਰਨ। ਇੱਥੇ ਲੋਕ ਗਟਰ ਸੀਵਰ ਨਾਲਿਆਂ 'ਚ ਪਾ ਗਏ, ਜੋ ਕਿ ਇੱਕ ਪਾਪ ਦੇ ਬਾਗੀਦਾਰ ਬਣੇ, ਪੁੰਨ ਨਹੀਂ ਕਰ ਰਹੇ, ਉਹ ਪਾਪ ਕਰ ਰਹੇ, ਪਾਪ ਹੋ ਜਾਂਦਾ, ਔਰ ਉਹ ਇੰਨਾ ਕੁ ਜ਼ਿਆਦਾ ਨੁਕਸਾਨ ਹੈ। ਬਾਅਦ 'ਚ ਕਹਿੰਦੇ ਯਾਰ ਮੈਂ ਬਾਹਰ ਗਿਆ, ਘਰੇ ਕਲੇਸ਼ ਹੋ ਗਿਆ, ਘਰੇ ਲੜਾਈ ਹੋ ਗਿਆ, ਸੱਟ ਲੱਗ ਗਈ, ਕਹਿੰਦਾ ਮੈਂ ਤਾਂ ਸ਼ਿਵਲਿੰਗ 'ਤੇ ਜਲ ਚੜ੍ਹਾ ਕੇ ਆਇਆ ਸੀ, ਆਹ ਨੁਕਸਾਨ ਹੋ ਗਿਆ। ਐਸਾ ਨਹੀਂ ਹੈ ਬਸ, ਤੁਸੀਂ ਦੇਖੋ ਤੁਸੀਂ ਤਾਂ ਜਲ ਕਿੱਥੇ ਜਾਣਾ। ਇਹਦਾ ਮੈਂ ਸਾਫ ਸਾਫ ਕਹੂੰਗਾ, ਇਹ ਮੰਦਿਰ ਕਮੇਟੀਆਂ ਔਰ ਇਹ ਬਹੁਤ ਵੱਡੇ ਇਸ ਜ਼ਿੰਮੇਦਾਰ ਨੇ, ਜਿਨ੍ਹਾਂ ਨੇ ਇੱਕ ਛੋਟੀ ਜਿਹੀ ਚੀਜ਼ ਦਾ ਧਿਆਨ ਨਹੀਂ ਰੱਖਿਆ ਹੋਇਆ ਕਿ ਆਪਣਾ ਨਾਮ ਬਣਾਉਣ ਨੂੰ ਪੂਰਾ ਭੰਡਾਰਾ, ਇੱਥੇ ਬੜੇ ਬੜੇ ਸਿੰਗਰ ਬੜੇ ਬੜੇ ਬੁਲਾ ਲੈਂਦੇ ਨੇ ਸੰਗੀਤਕਾਰ, ਕਿ ਅਸੀਂ ਅੱਜ ਸ਼ਿਵਜੀ ਦਾ ਭੰਡਾਰਾ ਲਗਾ ਲਿਆ, ਇਹ ਲਗਾ ਲਿਆ, ਪਰ ਇੱਕ ਬੇਸਿਕ ਚੀਜ਼ ਜਿਹੜੀ ਸਭ ਤੋਂ ਬੜੀ ਜ਼ਰੂਰੀ ਹੈ ਕਿ ਸ਼ਿਵਜੀ ਦੀ ਜਲਹਿਰੀ ਕਿੱਧਰ ਹੈ, ਜਾ ਕਿੱਥੇ ਨੇ। ਇੱਕ ਇਹਨਾਂ ਨੇ ਇਹ ਨਹੀਂ ਪਤਾ ਸ਼ਿਵਜੀ ਦੀ ਜਲਹਿਰੀ ਦਾ ਇੱਕ ਬਹੁਤ ਬੇਸਿਕ ਜਿਹਾ ਮੂੰਹ ਕਿੱਧਰ ਹੋਣਾ ਚਾਹੀਦਾ ਹੈ, ਮੂੰਹ ਕਿੱਧਰ ਹੋਣਾ ਚਾਹੀਦਾ। ਠੀਕ ਹੈ, ਪਾਣੀ ਜਿੱਥੇ ਉਹ ਨੌਰਥ ਔਰ ਈਸਟ ਵੱਲ ਹੀ ਹੋਣਾ ਚਾਹੀਦਾ ਹੈ, ਪਰ ਉਹਨਾਂ ਨੇ ਆਪਣੀ ਸੁਵਿਧਾ ਨਹੀਂ, ਬਾਈ ਸਾਨੂੰ ਆਹ ਜਗ੍ਹਾ ਮਿਲ ਗਈ, ਅਸੀਂ ਇੱਥੇ ਸ਼ਿਵਜੀ ਸਥਾਪਿਤ ਕਰਤੇ, ਜਾਣ ਦੇ ਜਿੱਧਰ ਜਾਂਦਾ। ਐਸਾ ਨਹੀਂ ਹੈ, ਉਹ ਛੋਟੀ ਜਿਹੀ ਇੱਕ ਗਲਤੀ ਨਾਲ ਜਾਤਕ ਨੂੰ ਕੀ ਪਤਾ, ਬਈ ਆਮ ਇਨਸਾਨ ਚੱਲਿਆ ਸ਼ਿਵਰਾਤਰੀ ਹੈ, ਮੈਂ ਜਾ ਕੇ ਪੂਜਾ ਕਰਕੇ ਆਵਾਂ, ਭਗਵਾਨ ਨੂੰ ਜਲ ਦੁੱਧ ਜਿੰਨਾ ਮੇਰੀ ਸਮਰਥ ਹੈ, ਆਪਣੀ ਸਹੀ ਭਾਵਨਾ ਨਾਲ ਹੀ ਜਾ ਰਿਹਾ। ਹਾਂ, ਪਰ ਇਹ ਤਾਂ ਦੇਖਣਾ ਪਏਗਾ ਨਾ, ਬੰਦਾ ਜਿਹੜੀ ਚੀਜ਼ ਉਹਨਾਂ ਨੇ ਸਥਾਪਿਤ ਕਰੀ ਹੈ, ਜਿੱਥੇ ਉਹ ਜਾ ਰਹੇ ਨੇ ਉਹ ਗਲਤ ਹੈ, ਉਹ ਇਸ ਚੀਜ਼ ਦਾ ਬਹੁਤ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ।
ਮੈਂ ਫਿਰ ਤੋਂ ਤੁਹਾਡੇ ਦਰਸ਼ਕਾਂ ਨੂੰ ਕਹੂੰਗਾ ਜਿੱਥੇ ਜਲੈਰੀ ਬਣੀ ਹੈ ਉਹ ਪੂਰਾ ਪਤਾ ਕਰ, ਉੱਥੇ ਹੀ ਜਾ ਕੇ ਜਲ ਚੜਾਓ, ਤੁਹਾਨੂੰ ਪੱਕਾ 100% ਜੇ ਪਰਮਾਤਮਾ ਹੈ ਨਾ ਤੁਹਾਨੂੰ ਉਹਦਾ ਫਲ ਮਿਲਣਾ ਹੀ ਮਿਲਣਾ ਹੈ। ਤੇ ਜਲ ਚੜਾਉਣ ਦਾ ਵੀ ਸਹੀ ਤਰੀਕਾ ਹੈ, ਕਿੱਥੇ ਕਰ ਨਾ ਲਿਓ ਆਪਣਾ ਕੋਈ ਨੁਕਸਾਨ, ਜਲ ਕਿਵੇਂ ਚੜ੍ਹਨਾ ਚਾਹੀਦਾ, ਕਿੱਥੇ ਜਾਣਾ ਚਾਹੀਦਾ, ਉਹ ਸਭ ਤੋਂ ਜ਼ਿਆਦਾ ਬੜਾ ਅਹਿਮ ਜ਼ਰੂਰੀ ਚੀਜ਼ ਹੈ।